ਹਾਂਜੀ ਵੀਰ ਜੀ, ਕੀ ਨਾਮ ਜੀ? ਮੇਰਾ ਨਾਮ ਗੁਰਜੀਤ ਹੈ। ਅੱਛਾ, ਪਿੰਡ ਕਿਹੜਾ ਜੀ? ਸਾਧੂ ਵਾਲਾ ਜੀ, ਜ਼ਿਲ੍ਹਾ ਫਿਰੋਜ਼ਪੁਰ ਹੈ ਜੀ। ਭਾਅ ਜੀ ਆਹ ਗਾਂ ਸੇਲ ਕਰਨੀ ਹੈ ਜੀ? ਹਾਂਜੀ ਵੀਰੇ। ਅੱਛਾ ਠੀਕ ਹੈ ਜੀ, ਅਤੇ ਇਹ ਕਿਹੜੇ ਸੂਏ ਜੀ? ਇਹ ਦੂਜੇ ਸੂਏ ਹੈ। ਅੱਛਾ ਦੂਜੇ ਸੂਏ ਆ। ਹਾਂਜੀ ਠੀਕ, ਆਪਣੇ ਘਰ ਦੀ ਹੈ ਜੀ? ਹਾਂਜੀ ਹਾਂਜੀ ਘਰ ਦੀ ਹੈ। ਘਰ ਦੀ ਪੈਣ, ਠੀਕ। ਅਤੇ ਇਸ ਟਾਈਮ ਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ? 4 ਦਿਨ ਹੋ ਗਏ। ਸਿਰਫ 4 ਦਿਨ ਹੋਏ? ਅਤੇ ਇਹਨੇ ਪਹਿਲੇ ਦੁੱਧ ਕਿੰਨਾ ਕੱਢਿਆ ਜੀ? ਪਹਿਲਾਂ ਇਹਨੇ 12 ਕਿਲੋ ਦਿੱਤਾ ਜੀ। ਅੱਛਾ, ਪਹਿਲਾਂ ਦੁੱਧ 12 ਕਿਲੋ ਕੱਢਿਆ? ਹਾਂਜੀ। ਦੋਵਾਂ ਟਾਈਮ ਵਾਲਾ? ਹਾਂਜੀ। ਹੁਣ ਤੁਸੀਂ ਖਾਲੀ ਕਰਤੀ ਜੀ? ਹਾਂਜੀ ਹਾਂਜੀ, ਸੁਬਾਹ ਖਾਲੀ ਕਰਤੀ। ਠੀਕ ਹੈ, ਸੁਬਾਹ ਖਾਲੀ ਕਰਦੇ ਹੈ। ਅਤੇ ਇਹਦੀ ਮਾਂ ਥਲੇ ਦੁੱਧ ਕਿੰਨੇ ਸੀ? ਵੈਟ ਦੀ ਮਾਂ ਥਲੇ 16-17 ਕਿਲੋ ਦੁੱਧ ਸੀ। ਅੱਛਾ, ਇਹਦੀ ਮਾਂ ਥਲੇ? ਠੀਕ, ਬਾਬਾ ਫਿਰ ਇਹ ਪਤਾ ਕਿਹੜੇ ਸਾਂ ਦੀ ਹੈ ਜੀ? ਨਹੀਂ ਪਤਾ, ਡਾਕਟਰ ਹੀ ਭਰ ਗਿਆ। ਠੀਕ ਹੈ ਜੀ, ਹਾਂ ਠੀਕ ਹੈ ਜੀ, ਠੀਕ ਹਾਂਜੀ ਹਾਂ ਠੀਕ ਠੀਕ। ਅਤੇ ਹੁਣ ਇਸ ਟਾਈਮ ਇਹਨੇ ਬੱਚਾ ਕੀ ਇਹਦੇ ਮਗਰ? ਬੱਚਾ ਬੱਚੀ ਹੈ ਜੀ। ਅੱਛਾ, ਆਹ ਬੱਚੀ ਹੈ ਜੀ। ਕੋਈ ਪਤਾ ਨਹੀਂ ਦਾ ਸਾਂ ਬਾਰੇ ਕਿ ਨਹੀਂ ਪਤਾ ਜਾਂਦਾ? ਨਹੀਂ ਨਹੀਂ, ਉਹ ਕਹਿੰਦਾ ਪਿਓਰ ਅਮਰੀਕੀ ਆ, ਡਾਕਟਰ ਕੋਲ ਚੈੱਕ ਕਰਾਈ ਸੀ, ਉਹ ਕਹਿੰਦਾ ਠੀਕ ਆ ਬੱਚੀ। ਜਬ HF ਆ ਗਈ ਪਿਓਰ? ਹਾਂ ਜੀ ਹਾਂਜੀ, ਪਿਓਰ HF ਆ ਗਈ। ਨਹੀਂ ਸੋਹਣੀ ਆਈ ਬੱਚੀ, ਬਹੁਤ ਸੋਹਣੀ ਆਈ। ਅਤੇ ਇਹਦੀ ਚਵਾਈ ਚੂਈ ਬਿਲਕੁਲ ਓਕੇ ਹੈ ਜੀ? ਹਾਂਜੀ ਹਾਂਜੀ ਓਕੇ ਹੈ ਵੀਰੇ, ਸਾਰੀ ਧਾਰਾ ਤੁਹਾਨੂੰ ਬਿਲਕੁਲ ਸਾਫ਼ ਹੈ? ਹਾਂਜੀ ਸਾਰਾ ਸਾਫ਼ ਹੈ। ਠੀਕ, ਇਹਨੂੰ ਮਾੜਾ ਤੋਰਾ ਗੇੜਾ ਕਢਾਇਆ ਜੀ ਮਾੜਾ ਜਿਹਾ? ਫਿਰ ਇਹਨੂੰ ਇਸ ਟਾਈਮ ਖੁਰਾਕ ਖੁਰੂਕ ਕੀ ਪਾਈ ਇਹਨੂੰ ਤੁਸੀਂ? ਖੁਰਾਕ ਤਾਂ ਜੀ ਪੱਠੇ ਅਤੇ ਲੇਟੀ ਵਗੈਰਾ ਹੀ ਆ ਜੀ। ਹੁਣ ਤਾਂ ਲੇਟੀ ਸ਼ੁਰੂ ਕਰਤੀ ਹੈ ਜੀ? ਹਾਂਜੀ, ਖੁਰਾਕ ਦੇ ਹਿਸਾਬ ਤੇ ਆ ਜੀ, ਜਿੰਨੇ ਖੁਰਾਕ ਪਾਈ ਆਵਾਂਗੇ ਉਹਨਾਂ ਦਾ ਦੁੱਧ ਵਧੀਆ ਹੋਊਗਾ। ਹਾਂ ਨਹੀਂ ਨਹੀਂ ਠੀਕ ਹੈ ਜੀ, ਵੈਸੇ ਸਹੀ ਦੱਸੋ ਤੁਸੀਂ ਕਿ 12 ਕਿਲੋ ਦੁੱਧ ਕੱਢਦੀ ਰਹੀ, 11-12 ਕਿਲੋ? ਹਾਂਜੀ ਹਾਂ, ਉਹਦਾ ਝੂਠ ਮਾਰਨ ਦਾ ਕੀ ਫਾਇਦਾ? ਘੁਮਾ ਲਓ ਜੀ, ਇੱਧਰੋਂ ਘੁਮਾ ਲਿਆ ਜੀ, ਲੈ ਜਾਓ ਕੋਈ ਨਹੀਂ ਕੋਈ ਲੈ ਜਾਓ। ਟਾਈਮ ਵੀ ਹਜੇ ਬਾਹਲਾ ਨਹੀਂ ਹੋਇਆ, ਹਜੇ 11-12 ਹੀ ਬਚੇ ਨਾਲੇ ਖਾਲੀ ਕੀਤੀ। ਲਿਆਓ ਜੀ ਲਿਆਓ, ਇੱਧਰ ਲਿਆਓ, ਇੱਧਰ ਘੁਮਾ ਲਿਆ ਜੀ। ਲਿਆ ਲਿਓ, ਇਹ ਵੀ ਪਿਓਰ HF ਜੀ ਆ ਗਏ ਹੈ ਜੀ। ਹਾਂਜੀ, ਹੁਣ ਇਸ ਟਾਈਮ ਦੁੱਧ ਦਿੰਦੇ ਸਰ? ਕਿੰਨਾ ਬੋਲਾ ਕਿੰਨਾ ਕੱਢਿਆ ਜੀ? 5-6 ਕਿਲੋ ਜੀ ਇੱਕ ਟਾਈਮ ਦਾ। 10 ਕਿਲੋ ਬੋਲਾ ਹੈਗਾ, ਮਤਲਬ ਕਿ ਚੌਥਾ ਤਰ੍ਹਾਂ ਦੁੱਧ ਬਣ ਗਿਆ ਹੁਣ ਉਹਦਾ। ਠੀਕ ਹੈ, ਨਹੀਂ ਠੀਕ ਹੈ, ਸੋਹਣੀ ਹੈ ਬੈਡ, ਲੰਬਾਈ ਲੰਬੀ ਪੂਰੀ ਹੈ ਜੀ। ਖੜ ਜਾਏਗਾ ਇਹਦੇ ਕੀ ਵੀ ਜੀ? ਮੁੱਲ ਮੁੱਲ ਕੀ ਕਰਦੇ ਇਹਦਾ? ਮੁੱਲ ਇਹਦਾ 50,000। ਅੱਛਾ, 50,000 ਕਰਦੇ ਆ, ਕੁਛ ਬਾਹਲਾ ਨਹੀਂ ਕਰਦੇ ਕਿ ਨਹੀਂ? ਉਹ ਜੋ ਕੋਈ ਆ ਕੇ ਮਾਨਦਨ ਥੋੜ੍ਹਾ ਬਹੁਤਾ ਕਰੋਗੇ ਕਿ ਨਹੀਂ? ਹਾਂਜੀ ਹਾਂਜੀ, ਉਹ ਤਾਂ ਜੀ ਘਰਦਿਆਂ ਦੇ ਹੱਥ ਆ, ਹੁਣ ਕਰੋਗੇ ਜ਼ਰੂਰ। ਹੈ ਠੀਕ ਠੀਕ, ਨਹੀਂ ਨਹੀਂ ਸੋਹਣੀ ਬੈਠ ਹੈ ਜੀ, ਸੋਹਣੀ ਠੀਕ ਹੈ ਵੀਰ ਜੀ।